ਗੱਲਬਾਤਾਂ ਚ ਘਿਰੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਚੰਦ ਕਟਾਰੂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਦੇ ਦਿੱਤਾ ਹੈ ਵੱਡਾ ਬਿਆਨ। ਚੱਕਦੇ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਹਾਂ ਸੁਖਬੀਰ ਸਿੰਘ ਸ਼ੇਰਗਲ। ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਨੂੰ ਤਰੱਕੀ ਦੇ ਰਾਹ ਦੇ ਉੱਪਰ ਤੋਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਮੰਤਰੀ ਵਿਧਾਇਕ ਜਿਹੜੇ ਨੇ ਉਹਨਾਂ ਦੇ ਉੱਪਰ ਵੱਡੇ ਲਾਲਚਣ ਜਿਹੜੇ ਨੇ ਉਹ ਵੀ ਲੱਗਦੇ ਨਜ਼ਰ ਆਉਂਦੇ ਨੇ। ਤਾਜ਼ਾ ਮਾਮਲਿਆਂ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਬਹੁਤ ਚਰਚਿਤ ਚਿਹਰਾ ਲਾਲਚੰਦ ਕਟਾਰੂ ਚੱਕ, ਜਿਹੜੇ ਕਿ ਮੰਤਰੀ ਵੀ ਨੇ ਕੈਬਨਿਟ ਦੇ ਵਿੱਚ, ਉਹਨਾਂ ਦੇ ਉੱਪਰ ਵੱਡੇ ਦੋਸ਼ ਲੱਗੇ ਸਨ ਅਤੇ ਦੋਸ਼ ਜਿਹੜੇ ਲਾਏ ਸੀ ਇਹ ਜਿਹੜੇ ਕਾਂਗਰਸ ਦੇ ਵਿਧਾਇਕ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਵੱਲੋਂ ਇੱਕ ਵੀਡੀਓ ਜਿਹੜੀ ਹੈ ਉਹ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਸੌਂਪੀ ਜਾਂਦੀ ਹੈ, ਜਿਸ ਦੀ ਤਮਾਮ ਇਨਫੋਰਮੇਸ਼ਨ ਇਕੱਠੀ ਕਰਕੇ, ਜਾਣਕਾਰੀ ਇਕੱਠੀ ਕਰਕੇ, ਉਸਦੀ ਜਾਂਚ ਪੜਤਾਲ ਕਰਕੇ, ਉਸ ਦੀਆਂ ਤਮਾਮ ਜਾਣਕਾਰੀਆਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਕੋਲ ਪਹੁੰਚਦੀਆਂ ਹੁੰਦੀਆਂ ਨੇ। ਅਤੇ ਅੱਜ ਉਸੇ ਪਹੁੰਚੀਆਂ ਹੋਈਆਂ ਜਾਣਕਾਰੀਆਂ ਨੂੰ ਲੈ ਕੇ ਬਨਵਾਰੀ ਲਾਲ ਪ੍ਰੋਹਿਤ ਹੋਰਾਂ ਦੇ ਵੱਲੋਂ ਵੱਡਾ ਬਿਆਨ ਜਿਹੜਾ ਹੈ ਮੀਡੀਆ ਦੇ ਮੁਖਾਤਬ ਹੋ ਕੇ ਦੇ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਸੀਐਮ ਆਰ ਨੂੰ ਪਹਿਲਾਂ ਵੀ ਅਪੀਲ ਕੀਤੀ ਗਈ ਸੀ, ਹੁਣ ਦੁਬਾਰਾ ਫਿਰ ਅਪੀਲ ਜਿਹੜੀ ਆ ਮੀਡੀਆ ਦੇ ਮਾਧਿਅਮ ਰਾਹੀਂ ਉਹ ਕਰਨੀ ਚਾਹੁੰਦੇ ਨੇ ਕਿ ਸੀਐਮ ਮਾਨ ਦੇ ਵੱਲੋਂ ਆਪਣੇ ਇਸ ਵਿਵਾਦਿਤ ਮੰਤਰੀ ਨੂੰ ਆਪਣੀ ਕੈਬਨਿਟ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ, ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ। ਕਿ ਇਸ ਤਰੀਕੇ ਦੇ ਨਾਲ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕਰਦਿਆਂ ਇਹ ਤਮਾਮ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਕਿ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਘੇਰਾ ਪਾਇਆ ਗਿਆ। ਇਸ ਦੇ ਬਾਬਤ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਾਂਗੇ, ਜਿਸ ਦੇ ਵਿੱਚ ਤਮਾਮ ਇਹ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ। ਇਸ ਦੇ ਉੱਪਰ ਸੀਐਮ ਮਾਨ ਨੂੰ ਪਹਿਲਾਂ ਵੀ ਕਾਰਵਾਈ ਕਰਨ ਦੀ ਗੱਲ ਜਿਹੜੀ ਹੈ ਉਹ ਆਖੀ ਗਈ ਸੀ, ਪਿਛਲੇ ਕੁਝ ਦਿਨ ਪਹਿਲਾਂ ਵੀ ਇਸ ਬਾਬਤ ਰਿਪੋਰਟ ਜਿਹੜੀ ਹੈ ਉਹ DG ਚੰਡੀਗੜ੍ਹ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪੀ ਗਈ ਸੀ ਅਤੇ ਇਸ ਦੀ ਜਿਹੜੀ ਨਿਗਰਾਨੀ ਕਰ ਰਹੇ ਸਨ ਉਹ ਪੰਜਾਬ ਦੇ ਰਾਜਪਾਲ ਜਿਹੜੇ ਨੇ ਬਨਵਾਰੀ ਲਾਲ ਪ੍ਰੋਹਿਤ ਕਰ ਰਹੇ ਨੇ। ਸੋ ਇਸ ਦੀ ਅਪੀਲ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤੀ ਗਈ ਹੈ, ਕੀਤੀ ਗਈ ਹੈ ਅਤੇ ਨਾਲ ਲਾਲਚੰਦ ਕਟਾਰੂ ਚੱਕ ਦੇ ਬਾਰੇ ਇਸ ਤਰੀਕੇ ਦੇ ਨਾਲ ਟੇਢੇ ਬੋਲ ਬੋਲਦੇ ਨਜ਼ਰ ਆਏ ਬਨਵਾਰੀ ਲਾਲ ਪ੍ਰੋਹਿਤ। ਇੱਕ ਵਾਰ ਇਸ ਵੀਡੀਓ ਦੇ ਉੱਤੇ ਝਾਤ ਜ਼ਰੂਰ ਮਾਰ ਲੈਣਾ। ਆਪਕੇ ਮਾਧਿਅਮ ਸੇ ਮੈਂ ਮੁੱਖ ਮੰਤਰੀ ਜੀ ਸੇ ਫਿਰ ਸੇ ਉਨਕੇ ਧਿਆਨ ਮੇਂ ਲਾਣਾ ਚਾਹਤਾ ਹੂੰ ਕਿ ਆਪ ਇਨਕਮ ਮਿਨਿਸਟਰ ਕੇ ਉੱਪਰ ਮੈਂ ਐਕਸ਼ਨ ਤੁਰੰਤ ਲੀਜੀਏ। ਹੈਂ ਆਪ ਭੁਲੀਏ ਮਤ, ਹੈਂ ਇਹ ਹੀਨੀਅਸ ਕ੍ਰਾਈਮ ਹੈ, ਇਹਨੋਨੇ ਕਰ ਡਾਲਾ, ਉਨਕੋ ਰਗਨੇ ਕਾ ਅਧਿਕਾਰ ਨਹੀਂ ਹੈ, ਅਧਿਕਾਰ ਨਹੀਂ ਹੈ, ਯੂ ਸ਼ੁਡ ਇਹ ਡਾਊਟ। ਥੈਂਕ ਯੂ।